ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਭਾਰਾ ਸਿੰਘ, ਜੋ ਬਾਲੀਵੁੱਡ ਦੇ ਬਦਲਦੇ ਹੋਏ ਮੌਸਮ ਦੇ ਨਾਲ ਨਾਲ ਉੱਤੇ ਥੱਲੇ ਹੁੰਦਾ ਰਹਿੰਦਾ ਹੈ। ਓਏ ਹੋਏ, ਇਹ ਪਸੀਨਾ ਪਤਾ ਕਿਉਂ ਆ ਰਿਹਾ? ਕਿਉਂਕਿ ਹੁਣ ਬਾਲੀਵੁੱਡ ਦੇ ਵਿੱਚ ਡਾਕੂਆਂ ਦਾ ਮੁੰਡਾ ਆ ਰਿਹਾ। ਯਾਰ, ਮੈਨੂੰ ਤਾਂ ਡਾਕੂ ਦੇ ਨਾਂ ਤੋਂ ਇੰਨਾ ਡਰ ਲੱਗਦਾ, ਇਹ ਤਾਂ ਪੂਰਾ ਡਾਕੂਆਂ ਦਾ ਮੁੰਡਾ ਹੀ ਆ ਰਿਹਾ। ਚਲੋ ਖੈਰ, ਕੋਈ ਗੱਲ ਨਹੀਂ, ਘੋੜਿਆਂ ਦੀ ਆਵਾਜ਼, ਉਹ ਕੋਈ ਘੋੜਿਆਂ ਦੀ ਆਵਾਜ਼ ਨਹੀਂ ਆਉਣੀ, ਕਿਉਂਕਿ ਹੁਣ ਕੰਮ ਹਾਈ ਟੈਕ ਹੋ ਚੁੱਕਾ ਹੈ। ਹੁਣ ਡਾਕੂ ਹੋਣੀ ਜੀਪਾਂ 'ਤੇ ਆ ਰਹੇ ਨੇ, ਜੀਪਾਂ 'ਤੇ। ਹਾਂਜੀ, ਅਤੇ ਦੇਵ ਕਰੋੜ ਭਾਅ ਜੀ ਫਿਲਮ ਦੇ ਲਈ ਡਾਕੂਆਂ ਦਾ ਮੁੰਡਾ ਬਣੇ ਨੇ। ਹਾਂਜੀ, ਅਤੇ ਇਹ ਫਿਲਮ ਬਣੀ ਹੈ ਇੱਕ ਬੁੱਕ 'ਤੇ। ਮੰਮੀ ਜੀ, ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ ਨਾ, ਫਿਲਮਾਂ ਨਾ ਦੇਖ, ਨਾ ਦੇਖ, ਪੜ੍ਹ ਲੈ। ਆਹ ਦੇਖ ਲਓ, ਹੁਣ ਕਿਤਾਬਾਂ ਦੇ ਉੱਤੇ ਫਿਲਮਾਂ ਬਣਦੀਆਂ ਪਈਆਂ ਨੇ। ਇੱਕ ਮਿੰਟ, ਡਾਕੂਆਂ ਦੇ ਮੁੰਡੇ ਦਾ ਫੋਨ, ਮੇਰਾ ਮਤਲਬ ਹੈ ਦੇਵ ਕਰੋੜ ਦਾ ਫੋਨ। ਯਾਰ, ਮੈਂ ਕੁਛ ਗਲਤ ਤਾਂ ਨਹੀਂ ਕਹਿਤਾ ਹੁਣ? ਯਾਰ, ਕਿੱਥੇ ਵੱਡਾ ਰਾਏ ਕੋਟੀ, ਉਹ ਮਾਮਾ ਹੁਣ ਸਕ੍ਰਿਪਟ 'ਚ ਕੀ ਲਿਖ ਦਿੱਤਾ ਐਸਾ, ਅੱਜ ਲੱਗਦਾ ਇਹਨੇ ਪਾਰਾ ਡਗਾ ਕੇ ਰਹਿਣਾ। ਮੈਂ ਹੁਣੇ ਮੈਨੂੰ ਮਿਲ ਕੇ ਆਉਂਦਾ। ਕਿੱਥੇ ਹੈਗਾ? ਓਏ